ਪਛਾਣਿਆ। ਸਤਿ ਸ਼੍ਰੀ ਅਕਾਲ ਜੀ, ਲੈ ਕੇ ਆਇਆ ਜੀ ਤੁਹਾਡਾ ਆਪਣਾ ਫੇਵਰੇਟ ਸ਼ੋਅ ਗੱਲਾਂ ਵਿਦ ਗੁਲਾਬੋ। ਅਤੇ ਮੈਨੂੰ ਨਹੀਂ ਪਛਾਣਿਆ, ਹੱਦ ਹੋ ਗਈ ਤੁਹਾਡੀ। ਮੈਂ ਆਇਆ ਜੀ ਗੁਲਾਬੋ, ਨਹੀਂ 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 ਗੁਲਾਬੋ ਦੀ ਭੈਣ ਪਿੰਕੀ, ਮੋਗੇ ਵਾਲੀ ਨਹੀਂ ਜੀ। ਹੁਣ ਤੁਸੀਂ ਪੁੱਛੋ ਕਿ ਗੁਲਾਬੋ ਕਿੱਥੇ ਗਈ, ਮੈਨੂੰ ਪਤਾ ਆ ਤੁਸੀਂ ਉਹਨੂੰ ਬਾਹਲਾ ਮਿਸ ਕਰਦੇ ਹੋ। ਗੁਲਾਬੋ ਗਈ ਹੈ ਜੀ ਸ਼ੋਪਿੰਗ ਕਰਨ। ਫਿਰ ਕੀ ਹੋਇਆ, ਆਪਾਂ ਤੁਹਾਨੂੰ ਸਾਰਿਆਂ ਨੂੰ ਵੀ ਸ਼ੋਪਿੰਗ ਕਰਾ ਦੇਣੀ ਹੈ। ਅੱਜ ਆਪਾਂ ਕੀ ਕਰਨਾ ਹੈ, ਤੁਹਾਨੂੰ ਸਾਰਿਆਂ ਨੂੰ ਬਾਹਰ ਬੈਠੇ ਇੰਡੀਆ ਦੀ ਸ਼ੋਪਿੰਗ ਕਰਾ ਦੇਣੀ ਹੈ, ਅਤੇ ਮੈਨੂੰ ਇੰਡੀਆ 'ਚ ਬੈਠੀ ਤੁਸੀਂ ਬਾਹਰ ਦੀ ਸ਼ੋਪਿੰਗ ਕਰਾ ਦੇਣੀ ਹੈ ਕਿ ਨਹੀਂ। ਸਾਡਾ ਨੰਬਰ ਹੈਗਾ ਜੀ 3 4 7 2 5 2 1 2 3 2 'ਤੇ, ਅਤੇ ਅੱਜ ਆਪਾਂ ਡਿਸਕਸ ਕਰਨਾ ਵੀ ਜਿੱਦਾਂ ਸਾਡੀ ਗੁਲਾਬੋ ਗਈ ਹੈ ਸ਼ੋਪਿੰਗ ਕਰਨ, ਤੁਸੀਂ ਕਿੱਥੇ ਕਿੱਥੇ ਜਾਂਦੇ ਹੋ ਸ਼ੋਪਿੰਗ ਕਰਨ? ਮੈਨੂੰ ਪਤਾ ਹੈ ਜਨਾਨੀਆਂ ਤੋਂ ਸ਼ੋਪਿੰਗ ਦਾ ਨਾਂ ਸੁਣ ਕੇ ਹੀ ਆਏ ਹਾਏ ਹਾਏ ਬਾਹਲਾ ਮਜ਼ਾ ਆ ਗਿਆ ਹੋਣਾ ਵੀ ਸ਼ੋਪਿੰਗ ਕਰਾਉਣੀ ਆ ਅੱਜ, ਹੈ ਨਾ? ਬਿਲਕੁਲ ਜੀ, ਟੀਵੀ 'ਤੇ ਬੈਠਿਆਂ ਬੈਠਾ ਤੁਹਾਨੂੰ ਸ਼ੋਪਿੰਗ ਕਰਾ ਦੇਣੀ ਹੈ। ਔਨਲਾਈਨ ਸ਼ੋਪਿੰਗ ਕਰ ਲਓ, ਭਾਵੇਂ ਦੁਕਾਨਾਂ 'ਤੇ ਜਾ ਕੇ ਸ਼ੋਪਿੰਗ ਕਰ ਲਓ, ਤੁਸੀਂ ਮੈਨੂੰ ਦੱਸਣਾ ਆ ਵੀ ਤੁਸੀਂ ਕਿਹਦੇ ਕਿਹਦੇ ਲਈ ਸ਼ੋਪਿੰਗ ਕਰਦੇ ਹੋ, ਅਤੇ ਜਦੋਂ ਆਪਣੇ ਲਈ ਸ਼ੋਪਿੰਗ ਕਰਨ ਜਾਂਦੇ ਹੋ ਅਤੇ ਕੀ ਖਰੀਦ ਕੇ ਆਉਂਦੇ ਹੋ, ਹੈ ਨਾ? ਜਨਾਨੀਆਂ ਦੇ ਵੈਸੇ ਮੈਂ ਦੇਖਿਆ ਵੀ ਬਾਹਲਾ ਰੌਲਾ ਹੁੰਦਾ ਹੈ ਸ਼ੋਪਿੰਗ ਵਾਲਾ। ਪਹਿਲਾਂ ਹਫ਼ਤਾ ਪਰ ਚੀਕਦੀਆਂ ਰਹਿਣਗੀਆਂ ਵੀ ਪਰਦੇ ਲੈਣੇ ਆ ਜੀ, ਪਰਦੇ ਲੈਣੇ ਆ, ਅਤੇ ਜੇ ਪਰਦੇ ਲੈਣ ਜਾਣਗੀਆਂ ਇੱਕ ਸਾੜੀ ਦੀ ਚੱਪਲ ਚੁੱਕ ਕੇ ਲੈਂਦੀਆਂ ਨੇ, ਫਿਰ ਘਰੋਂ ਆ ਕੇ ਝਿੜਕਾ ਖਾਂਦੀਆਂ ਨੇ, ਫਿਰ ਅਗਲੇ ਹਫ਼ਤੇ ਉਹੀਓ ਰੌਲਾ ਹੁੰਦਾ ਵੀ ਪਰਦੇ ਲੈਣੇ ਆ, ਪਰਦੇ ਲੈਣੇ ਆ। ਕੀ ਗੱਲ ਹੈ, ਥੋੜ੍ਹਾ ਚਾਅ ਨਹੀਂ ਮੁੱਕਦਾ ਸ਼ੋਪਿੰਗ ਵਾਲਾ? ਹੈ, ਮੈਂ ਵੇਖਿਆ ਵੀ ਬੰਦਿਆਂ ਨੂੰ ਨਾ ਥੋੜ੍ਹਾ ਘੱਟ ਇੰਟਰਸਟ ਹੁੰਦਾ ਆ ਇਹ ਸ਼ੋਪਿੰਗ ਵਾਲਾ, ਪਰ ਮੈਂ ਵੇਖਿਆ ਵੀ ਹੁਣ ਨਾ ਬੰਦਿਆਂ ਨੇ ਵੀ ਵੇਖ ਲਿਆ ਵੀ ਜੇ ਕਿਸੇ ਜਨਾਨੀ ਨੇ ਰੁੱਸਣਾ ਆ ਅਤੇ ਉਹਨੂੰ ਆਪਾਂ ਮਨਾਉਣਾ ਆ ਅਤੇ ਉਹਨੂੰ ਚੁੱਪ ਕਰਕੇ ਸ਼ੋਪਿੰਗ ਕਰਾ ਦਿਓ। ਮੈਨੂੰ ਲੱਗਦਾ ਕਾਲਰਸ ਆ ਗਏ ਨੇ ਅਤੇ ਉਹਨਾਂ ਨੇ ਸਾਨੂੰ ਦੱਸਣਾ ਵੀ ਉਹ ਕਿਹਦੇ ਲਈ ਸ਼ੋਪਿੰਗ ਕਰਨਾ ਚਾਹੁੰਦੇ ਨੇ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮੈਂ ਰਿਚਮੀ ਟਵੈਲ ਤੋਂ ਬਾਊਚ ਬੋਲਣਾ ਪਿਆ। ਓਕੇ ਜੀ, ਕੀ ਕਹਿਣਾ ਚਾਹੋਗੇ? ਮੈਂ ਕਿਹਾ ਤੂੰ ਬਹੁਤ ਸੋਹਣਾ ਡਰੈਸ ਪਾਇਆ ਆ, ਬਹੁਤ ਜਚਦਾ, ਤੂੰ ਨੰਬਰ 2 ਗੁਲਾਬੋ ਹੈ। ਹਾਂਜੀ ਹਾਂਜੀ, ਤੇ ਮੈਂ ਸ਼ਾਪਿੰਗ ਕੀਤੀ ਆ, ਇਹ ਸੂਟ ਐਵੇਂ ਥੋੜੀ ਆ ਗਿਆ, ਮੈਂ ਖਰੀਦ ਕੇ ਲਿਆਉਂਦਾ ਆ, ਤੇ ਇਹੀ ਤੇ ਅੱਜ ਦਾ ਟੌਪਿਕ ਆ। ਹਾਂਜੀ, ਸ਼ਾਪਿੰਗ ਸ਼ਾਪਿੰਗ ਤੇ ਗੁਲਾਬੋ ਅੱਜ ਰੋਈ ਆਂਦੀ ਤੇ ਕਹਿੰਦੀ ਮੈਨੂੰ ਅਮਰੀਕਾ ਨੇ ਨੂੰ ਗਵਾਉਂਦੇ। ਤੂੰ ਤੇ ਨਹੀਂ ਰੋਂਦੀ? ਨਹੀਂ ਨਹੀਂ, ਮੈਂ ਕਾਹਨੂੰ ਰੋਣਾ ਆ। ਉਹ ਕਹਿੰਦੀ ਮੇਰਾ ਅਮਰੀਕਾ ਦਾ ਵੀਜ਼ਾ ਨਹੀਂ ਲੱਗਦਾ। ਉਹ ਇਹ ਕਹਿੰਦੀ ਆ, ਪਹਿਲਾਂ ਤੁਸੀਂ ਆਪਣੇ ਟੀਵੀ ਦੀ ਆਵਾਜ਼ ਘੱਟ ਕਰੋ। ਉਹ ਕਹਿੰਦੀ ਮੇਰਾ ਅਮਰੀਕਾ ਦਾ ਵੀਜ਼ਾ ਨਹੀਂ ਲੱਗਦਾ। ਉਹ ਕੋਈ ਗੱਲ ਦੱਸੋ, ਹੁਣ ਉਹ ਨਹੀਂ ਆਈ ਤੇ ਮਤਲਬ ਮੈਂ ਉਹਦੀਆਂ ਹੀ ਗੱਲਾਂ ਕਰੀ ਜਾਵਾਂ? ਮੇਰੇ ਨਾਲ ਗੱਲ ਕਰੋ, ਮੇਰੀ ਗੱਲਾਂ ਕਰੋ। ਨਹੀਂ, ਤੁਹਾਡੀ ਗੱਲ ਕਰ ਰਿਹਾ, ਨੰਬਰ 2 ਗੁਲਾਬੋ ਆ ਤੂੰ, ਨੰਬਰ 2 ਸੁੰਦਰ ਸਮਾਰਟ ਲੱਗਦੀ ਹੈ, ਬੜਾ ਸੋਹਣਾ ਡਰੈਸ ਪਾਇਆ ਆ। ਅੱਛਾ, ਤੁਸੀਂ ਸ਼ਾਪਿੰਗ ਕਰਨ ਜਾਂਦੇ ਹੋ? ਹਾਂਜੀ। ਕਿਹਦੇ ਲਈ ਸ਼ਾਪਿੰਗ ਕਰਦੇ ਹੋ, ਆਪਣੇ ਲਈ ਕਿ ਕਿਸੇ ਹੋਰ ਲਈ? ਅਸੀਂ ਤੇ ਵੀ ਇੱਦਾਂ ਵੀ ਆਪਣਾ ਚਿਕਨ ਲਿਆਉਂਦੇ ਆ ਤੇ ਮੀਟ ਖਾਂਦੇ ਆ ਤੇ ਨਾਲ ਬੋਤਲ ਵੀ ਲਿਆਉਂਦੇ ਆ ਤੇ ਪੀਨੇ ਖਾਂਦੇ ਆ। ਸਾਰਿਆਂ ਸਾਹਮਣੇ ਤੁਸੀਂ ਕੀ ਕਹਿਤਾ, ਕੀ ਕਿਹਾ, ਬੋਤਲ? ਮੈਂ ਕਿਹਾ ਬੋਤਲ ਦਾਰੂ ਦੀ ਲਿਆਉਂਦੇ ਆ, ਉਹ ਵੀ ਖਾਂਦੇ ਪੀਨੇ ਆ, ਨਾਲੇ ਚਿਕਨ ਲਿਆਉਂਦੇ ਆ। ਅੱਛਾ, ਮਤਲਬ ਇਹੀਓ ਖਰੀਦਦੇ ਹੋ ਤੁਸੀਂ ਘਰ ਦਾ ਸਮਾਨ? ਉਹ ਉਹਦਾ ਕੋਈ ਬਸ ਇਹੋ ਹੀ, ਹੋਰ ਘਰ ਬਾਰ ਵਾਸਤੇ ਕੁਝ ਨਹੀਂ ਖਰੀਦਦੇ। ਇਹੀਓ ਫਰਕ ਹੈ ਜਨਾਨੀਆਂ 'ਚ ਤੇ ਬੰਦਿਆਂ 'ਚ। ਬੰਦਿਆਂ ਨੂੰ ਹੁੰਦਾ ਆਪਣਾ ਸਮਾਨ ਲੈ ਆਈਏ, ਖਾਣ ਪੀਣ ਦਾ, ਹਨਾ? ਜਨਾਨੀਆਂ ਨੂੰ ਹੁੰਦਾ ਪਰਦੇ ਲੈ ਆਈਏ, ਬੈੱਡ ਸ਼ੀਟ ਲੈ ਆਈਏ। ਹਾਂਜੀ, ਨਹੀਂ ਨਹੀਂ, ਮੈਂ ਨਾ ਨਾ ਨਾ, ਇਹ ਤਾਂ ਕੰਮ ਹੀ ਹੈ ਨਹੀਂ ਨਾ। ਅੱਛਾ, ਮਤਲਬ ਵਿਹਲੀਆਂ ਸ਼ੋਪਿੰਗ ਆਪਣੇ ਲਈ, ਖਾਣ ਪੀਣ ਦਾ ਸਮਾਨ ਲੈ ਕੇ ਪੈਸੇ ਉਜਾੜਦੇ ਬਸ? ਆਪਣੇ ਖਾਣ ਪੀਣ ਦਾ ਸਮਾਨ ਲਿਆਈਦਾ, ਹੋਰ ਨਹੀਂ। ਅੱਛਾ, ਕੱਪੜਿਆਂ ਕੁਪੜਿਆਂ ਦਾ ਚਾਹ ਹੈ ਨਹੀਂ? ਕੱਪੜਿਆਂ ਦਾ ਚਾਹ ਹੈ ਨਹੀਂ? ਹਾਂਜੀ, ਤੇ ਪਹਿਲਾਂ ਤੇ ਮਸਰੀ ਦਾਲ ਖਾਂਦੇ ਸੀ ਲੋਕੀ। ਅੱਛਾ, ਠੀਕ ਹੈ ਜੀ, ਠੀਕ ਹੈ, ਜਾਓ ਹੁਣੀ ਤੇ ਸ਼ੋਪਿੰਗ ਕਰਕੇ ਆਓ, ਠੀਕ ਹੈ? ਠੀਕ ਹੈ ਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੂੰ ਲੈਣੇ ਆ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਕੱਲ ਦੀ ਨਾਸ ਗੁਲਾਬੋ ਜੀ, ਪਿੰਕੀ ਜੀ, ਪਿੰਕੀ ਜੀ, ਪਿੰਕੀ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ? ਬਸ ਜੀ ਠੀਕ ਠਾਕ। ਅੱਜ ਤੁਸੀਂ ਕਿੱਦਾਂ ਦਰਸ਼ਨ ਦੇਤੇ ਹੋ ਗੁਲਾਬੋ ਵਿਚਾਰੇ ਨੂੰ, ਉਧਰ ਉਹਨੂੰ ਭਜਾ ਦਿੱਤੀ ਆ? ਨਹੀਂ ਭਜਾਇਆ, ਉਹ ਸ਼ਾਪਿੰਗ ਕਰਨ ਗਈ ਆ, ਕਹਿੰਦੀ ਮੈਂ ਸ਼ਾਪਿੰਗ ਕਰਨੀ ਆ। ਮੈਂ ਕਿਹਾ ਜਾਓ ਜੀ ਤੁਸੀਂ ਸ਼ਾਪਿੰਗ। ਪੁੱਛਾਂਗਾ ਕੱਲ, ਕੱਲ ਨੂੰ ਪੁੱਛਾਂਗਾ ਇਹ ਕਿ ਤੂੰ ਦੱਸ ਵੀ ਦਿਹਾੜੀ ਤੋੜੀ ਪੂਰੀ ਸ਼ਾਪਿੰਗ ਵਾਸਤੇ ਦਿਹਾੜੀ ਤੋੜ ਲਈ ਆ? ਇੱਕ ਦਿਹਾੜੀ ਨਹੀਂ, ਜਨਾਨੀਆਂ ਤਾਂ ਕਈ ਦਿਹਾੜੀਆਂ ਲਾ ਦਿੰਦੀਆਂ ਨੇ ਸ਼ਾਪਿੰਗ ਕਰਨ ਵਿੱਚ, ਇਹ ਵੀ ਲੈਣਾ ਆ, ਉਹ ਵੀ ਲੈਣਾ ਆ, ਹੋਰ ਕੀ। ਮੈਂ ਵੀ ਸ਼ਾਪਿੰਗ ਕੀਤੀ ਆ, ਮੈਨੂੰ ਵੀ ਦੱਸੋ ਕੁਝ। ਤੁਹਾਡਾ ਇੱਕ ਦਿਨ ਇੰਟਰਵਿਊ ਤੁਸੀਂ ਲੈ ਰਹੇ ਸੀ ਕਿਸੇ ਗਵਈਏ ਦੀ, ਬੜੇ ਚੰਗੇ ਲੱਗਦੇ ਸੀ। ਮੈਂ ਕਿਹਾ ਦੇਖ ਲੈ ਹੁਣ ਕਿਹੜੇ ਪਾਸੇ ਚੱਲ ਪਏ ਨੇ। ਅੱਛਾ, ਮੈਂ ਸਾਰੇ ਪਾਸੇ ਜਾਣਾ ਆ, ਮੈਂ ਇੱਥੇ ਆ ਕੇ ਤੁਹਾਡੇ ਨਾਲ ਵੀ ਗੱਲਾਂ ਕਰਨੀਆਂ ਆ, ਤੁਹਾਨੂੰ ਵੀ ਪੁੱਛਣਾ ਆ, ਤੇ ਅੱਜ ਦਾ ਟੌਪਿਕ ਸਾਡਾ ਸੀਗਾ ਜੀ ਸ਼ਾਪਿੰਗ ਦਾ। ਮੈਨੂੰ ਲੱਗਦਾ ਤੁਸੀਂ ਸ਼ਾਪਿੰਗ ਸ਼ੂਪਿੰਗ ਨਹੀਂ ਕਰਦੇ। ਉਹ ਫਿਰ ਕਰਦੇ ਕਰਦੇ ਨੇ, ਮੈਂ ਜੇ ਕਰਨਾ ਵਾ ਫਿਰ ਮੈਂ ਆਪਣੇ ਵਾਸਤੇ ਕਰਨਾ, ਉਹ ਆਪਣੇ ਵਾਸਤੇ ਕਰਦੇ ਆ। ਮੈਨੂੰ ਪਹਿਲੇ ਹੀ ਪਤਾ ਸੀ, ਮੈਂ ਕਿਹਾ ਤੁਹਾਡਾ ਇੰਟਰਸਟ ਹੈ ਨਹੀਂ, ਇਹ ਕੁੜੀਆਂ ਦਾ ਕੰਮ ਹੈ ਸ਼ਾਪਿੰਗ ਕਰਨ ਜਾਣਾ, ਚੀਜ਼ਾਂ ਖਰੀਦ ਕੇ ਲਿਆਉਣਾ। ਇਹ ਗੱਲ ਦੀ ਪਹਿਲਾਂ ਹੀ ਬੁੱਝ ਲਈ, ਮੇਰੇ ਦਿਲ ਦੀ ਗੱਲ ਪਹਿਲਾਂ ਹੀ ਦੇਖ ਲਈ।
ठीक है जी, कोई गल नहीं जी। अज आप सारे यही कहना भी जाओ तो जाके शॉपिंग करके आओ, ठीक है जी। ਕਿੱਥੇ ਦੁਕਾਨ ਮਾਲ ਕਿੱਥੇ ਸ਼ੋਪਿੰਗ ਵਾਲਾ ਵੀ ਦੱਸ ਦਿਓ ਡਰੈਸ ਵੀ ਦੱਸ ਦਿਓ ਤੁਸੀਂ ਜੇਬ ਦਾ ਹਿਸਾਬ ਹੈ ਜੀ, ਮਾਲ ਜਾਣਾ ਕਿ ਤੁਸੀਂ ਜੇਬ 'ਚ ਹਿਸਾਬ ਦੇਖ ਕੇ ਹੀ ਜਾਣਾ ਹੈ ਨਾ। ਨਹੀਂ ਜੇ ਜਾਣਾ ਚੰਡੀਗੜ੍ਹ ਜਾਵਾਂਗਾ ਨਾ ਇੱਥੋਂ ਅਮਰੀਕਾ 'ਚ, ਤਾਂ ਫਿਰ ਪੈਸੇ ਦੇ ਕੋਲ ਖੁੱਲੇ ਹੋਣਗੇ ਨਾ। ਆ ਜਾਓ ਜੀ ਚੰਡੀਗੜ੍ਹ, ਆ ਜਾਓ, ਤੁਹਾਨੂੰ ਸ਼ੋਪਿੰਗ ਕਰਾਉਂਦੇ ਹਾਂ ਜੀ। ਮੈਨੂੰ ਲੱਗਦਾ ਅਗਲੇ ਕਾਲਰ ਨੇ ਸਾਨੂੰ ਇਹ ਦੱਸਣਾ ਹੈ ਵੀ ਉਹ ਕਿੱਥੇ ਕਿੱਥੇ ਸ਼ੋਪਿੰਗ ਕਰਕੇ ਆਉਂਦਾ। ਆਪਾਂ ਇੱਕ ਮਿੰਟ ਅਗਲਾ ਕਾਲਰ ਲੈ ਲਈਏ। ਲੈ ਲਓ ਜੀ, ਕੋਈ ਗੱਲ ਨਹੀਂ, ਲੈ ਲਓ। ਥੈਂਕ ਯੂ ਸੋ ਮਚ ਜੀ, ਅਗਲੇ ਕਾਲਰ ਨਾਲ ਗੱਲ ਕਰਦੇ ਹਾਂ ਜੀ। ਹੈਲੋ ਹੈਲੋ, ਟੀਵੀ ਦੀ ਆਵਾਜ਼ ਉੱਚੀ ਕਰ ਲਓ ਤੁਸੀਂ ਥੋੜ੍ਹੀ ਜੀ। ਹੈਲੋ ਹੈਲੋ ਹੈਲੋ, ਹਾਂਜੀ ਮੇਰੇ ਨਾਲ ਵੀ ਗੱਲ ਕਰ ਲਓ। ਮੇਰੀ ਫੋਟੋ ਦੇਖੀ ਜਾਂਦੇ ਹੋ ਟੀਵੀ 'ਚ, ਮੇਰੀ ਆਵਾਜ਼ ਸੁਣੀ ਜਾਂਦੇ ਹੋ ਟੀਵੀ 'ਚ, ਨਹੀਂ ਗੱਲ ਕਰਨੀ? ਆ ਵੇਖ ਲਓ, ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਆ ਵੀ ਤੁਸੀਂ ਪਹਿਲਾਂ ਨਾ ਟੀਵੀ ਦੀ ਆਵਾਜ਼ ਘੱਟ ਕਰ ਲਿਆ ਕਰੋ, ਨਹੀਂ ਤਾਂ ਮੈਨੂੰ ਝਿੜਕਾਂ ਪੈਂਦੀਆਂ ਆ। ਕਹਿੰਦੇ ਜਾਓ ਇਹਨਾਂ ਨਾਲ ਗੱਲ ਹੀ ਨਹੀਂ ਕਰਨੀ, ਤੁਸੀਂ ਇਹ ਤਾਂ ਟੀਵੀ ਦੀ ਆਵਾਜ਼ ਹੀ ਨਹੀਂ ਘੱਟ ਕਰਦੇ। ਅੱਛਾ, ਤੁਹਾਨੂੰ ਪਤਾ ਆ ਥੋੜ੍ਹੇ ਦਿਨ ਪਹਿਲਾਂ ਨਾ ਮੈਂ ਸ਼ੋਪਿੰਗ ਕਰਨ ਗਈ ਸੀ, ਸੱਚੀ ਦੱਸਾਂ ਸ਼ੋਪਿੰਗ ਸ਼ੁਪਿੰਗ ਨਹੀਂ ਸੀ ਕਰਨ ਗਈ। ਮੈਂ ਐਵੇਂ ਲੱਡੂ ਖਾਣ, ਕਦੀ ਪੇੜੇ ਖਾਣ ਚੱਲ ਗਈ ਦੁਕਾਨ 'ਤੇ, ਅਤੇ ਮੈਂ ਵੇਖਿਆ ਵੀ ਸਾਹਮਣੇ ਬੜਾ ਵਧੀਆ ਜਿਹਾ ਸੂਟ ਲੱਗਾ ਹੋਇਆ ਸੀਗਾ। ਮੈਂ ਕਿਹਾ ਲੱਡੂ ਪੇੜੇ ਬਾਅਦ 'ਚੋਂ ਖਾ ਲਾਂਗੇ, ਪਹਿਲਾਂ ਆਪਾਂ ਜਾ ਕੇ ਕੀ ਕਰਨਾ ਸੂਟ ਲੈਣਾ, ਅਤੇ ਮੈਨੂੰ ਆ ਗਿਆ ਸੂਟ ਪਸੰਦ, ਅਤੇ ਮੈਂ ਪਾ ਕੇ ਤੁਹਾਡੇ ਸਾਹਮਣੇ ਆ ਗਿਆ। ਹੁਣ ਤੁਸੀਂ ਮੈਨੂੰ ਦੱਸਣਾ ਵੀ ਕਿੱਦਾਂ ਦਾ ਆ ਜੀ। ਹੈਲੋ ਹੈਲੋ, ਹਾਏ ਹਾਏ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਬਹੁਤ ਠੀਕ ਹੈ ਜੀ, ਤੁਸੀਂ ਸੁਣਾਓ ਜੀ। ਕਿਵੇਂ ਤੁਸੀਂ ਸੁਣਾਓ? ਵਧੀਆ ਜੀ ਵਧੀਆ। ਕਿੱਥੋਂ ਬੋਲਦੇ ਪਏ ਤੁਸੀਂ? ਮੈਂ ਨਿਊਯਾਰਕ ਤੋਂ ਬੋਲਦਾ ਜੀ, ਰਿਚਮੰਡ। ਅੱਛਾ, ਕੀ ਨਾਮ ਤੁਹਾਡਾ? ਮੇਰਾ ਨਾਮ ਪਰਮਜੀਤ ਸਿੰਘ ਜੀ। ਅੱਛਾ ਪਰਮਵੀਰ ਜੀ, ਮੈਨੂੰ ਇਹ ਦੱਸੋ ਵੀ ਅੱਜ ਦਾ ਟੌਪਿਕ ਸਾਡਾ ਜਿਹੜਾ ਹੈਗਾ ਸ਼ੋਪਿੰਗ ਦਾ, ਹਨਾ? ਹਾਂਜੀ। ਤੇ ਤੁਹਾਨੂੰ ਸ਼ੋਪਿੰਗ ਕਰਾਈਏ ਚੰਡੀਗੜ੍ਹ ਆਓਗੇ ਤੇ? ਕਰਾ ਦਿਓ ਜੀ, ਅਸੀਂ ਤੁਸੀਂ ਨਾਲ ਆਓਗੇ ਫਿਰ ਤਾਂ ਅਸੀਂ ਸ਼ੋਪਿੰਗ ਕਰਾਂਗੇ, ਜੇ ਤੁਸੀਂ ਨਾਲ ਨਾ ਆਓ ਫਿਰ ਜਾਂਦੀ ਆ ਅਸੀਂ। ਤੇ ਉੱਥੇ ਕੀ ਕੀ ਸ਼ੋਪਿੰਗ ਕੀਤੀ ਤੁਸੀਂ ਮੈਨੂੰ ਪਹਿਲਾਂ ਇਹ ਦੱਸੋ। ਨਹੀਂ ਯਾਰ, ਤਾਂ ਅਸੀਂ ਕਰਦੇ ਰਹੀਏ। ਕੀ ਕੀ ਖਰੀਦਦੇ ਹੋ? ਅਸੀਂ ਜਾ ਕੇ ਕੱਪੜੇ ਖਰੀਦੀਦੇ, ਆਪਣੇ ਖਰੀਦੀਦੇ, ਬੱਚਿਆਂ ਦੇ ਖਰੀਦੀਦੇ। ਅੱਛਾ, ਬੱਚਿਆਂ ਦੇ ਕੱਪੜੇ ਖਰੀਦ ਲਏ ਤੇ ਆਪਣੇ ਕੱਪੜੇ ਵੀ ਖਰੀਦ ਲਏ। ਮੈਨੂੰ ਇੱਕ ਗੱਲ ਦੱਸੋ ਵੀ ਵਿਆਹ ਤੋਂ ਪਹਿਲਾਂ ਵੀ ਤੁਸੀਂ ਇਦਾਂ ਮਤਲਬ ਸੋਚਦੇ ਸੀਗੇ ਵੀ ਮੈਂ ਵੋਟੀ ਨੂੰ ਸ਼ੋਪਿੰਗ ਕਰਾਵਾਂਗਾ ਜਾਂ ਗਰਲਫ੍ਰੈਂਡ ਨੂੰ ਸ਼ੋਪਿੰਗ ਕਰਾਵਾਂਗਾ? ਨਹੀਂ, ਪਹਿਲਾਂ ਇਦਾਂ ਨਹੀਂ ਸੋਚਿਆ ਸੀ, ਕੱਲ ਫਰੈਂਡ ਲਈ ਤਾਂ ਸੋਚਿਆ ਸੀਗਾ, ਬਹੁਤੀ ਤੇ ਨਹੀਂ ਸੋਚਿਆ ਸੀ। ਨਹੀਂ ਸੋਚਿਆ ਸੀ? ਨਹੀਂ। ਤੇ ਹੁਣ ਹੁਣ ਕਰਾਉਂਦੇ ਹੋ ਸ਼ੋਪਿੰਗ? ਹੁਣ ਘਰ ਵਾਲੀ ਨੂੰ ਕਰਾਉਣੀ ਪੈਂਦੀ, ਕੀ ਕਰੀਏ, ਮਜਬੂਰੀ ਹੈ। ਮਜਬੂਰੀ ਹੈ, ਉਹ ਲਾਗੇ ਤੇ ਨਹੀਂ ਬੈਠੇ ਕਿਤੇ? ਨਹੀਂ, ਉਹ ਦੂਜੇ ਆਪਣੇ ਬੈਡਰੂਮ 'ਚ ਬੈਠੇ ਸੀ, ਮੈਂ ਅਲੱਗ ਦੇਖਿਆ। ਤਾਂ ਹੀ ਤਾਂ ਕਹਿ ਰਹੇ ਹੋ ਮਜਬੂਰੀ ਹੈ, ਜੇ ਕਿਤੇ ਸਾਹਮਣੇ ਬੈਠੇ ਹੁੰਦੇ ਨਾ ਤੁਹਾਡੀ ਹਿੰਮਤ ਨਹੀਂ ਸੀ ਹੋਣੀ ਕਹਿਣ ਦੀ ਵੀ ਮਜਬੂਰੀ 'ਚ ਸ਼ੋਪਿੰਗ ਕਰਾਉਣਾ ਆ। ਟੀਵੀ ਦੀ ਆਵਾਜ਼ ਕੱਟ ਕਰੋ ਪਲੀਜ਼। ਹੈਲੋ, ਹਾਂਜੀ। ਅੱਛਾ ਮੈਨੂੰ ਦੱਸੋ ਵੀ ਉਹ ਜ਼ਿਆਦਾ ਡਾਲਰ ਤੇ ਨਹੀਂ ਖਰਚ ਕਰਾਉਂਦੇ ਤੁਹਾਡੇ ਸ਼ਾਪਿੰਗ ਕਰਨ ਦੇ ਵਿੱਚ? ਨਹੀਂ, ਕੋਈ 400-500 ਲੱਗਦਾ ਆਪਣੇ ਦਿਹਾੜੀ ਦਾ। ਅੱਛਾ, ਮਤਲਬ ਤੁਸੀਂ ਆਰਾਮ ਨਾਲ ਅਫੋਰਡ ਕਰ ਲੈਂਦੇ ਹੋ ਵੀ ਠੀਕ ਹੈ ਸ਼ਾਪਿੰਗ ਕਰ ਲੈ, ਕੋਈ ਚੱਕਰ ਹੀ ਨਹੀਂ? ਨਹੀਂ ਨਹੀਂ, ਇਦਾਂ ਦੀ ਕਿਹੜੀ ਗੱਲ ਹੈ, ਘਰ ਵਾਲੀ ਹੈ, ਤੁਹਾਨੂੰ ਪਤਾ ਕਰਨਾ ਹੀ ਪੈਂਦਾ ਹੈ ਨਾ। ਮਤਲਬ ਬਜਟ ਤੁਸੀਂ ਸੈੱਟ ਕੀਤਾ ਹੁੰਦਾ ਹਨਾ ਵੀ ਇੰਨੇ ਦੀ ਸ਼ਾਪਿੰਗ ਕਰਨੀ ਆ, ਇੰਨੇ ਦੀ ਕਰਨੀ ਹੈ ਤੇ ਇੰਨੇ ਦੀ ਉਹ ਕਰਨੀ ਹੈ ਬਸ। ਹਾਂਜੀ ਹਾਂਜੀ, ਇਹ ਤਾਂ ਸਹੀ ਹੈ। ਠੀਕ ਹੈ ਜੀ, ਬਹੁਤ ਕਮਾਉਂਦੇ ਨਾ, ਆਪਣੇ ਬੱਚਿਆਂ ਲਈ ਕਮਾਈ ਦਾ ਨਾ, ਬੱਚਿਆਂ ਲਈ ਕਮਾਈ ਦਾ, ਇਹੀ ਤਾਂ ਗੱਲ। ਅੱਛਾ, ਕਈ ਵਾਰ ਹੁੰਦਾ ਨਾ ਮਾਂ ਪਿਓ ਆਪਣੇ ਲਈ ਕੁਝ ਚੀਜ਼ ਲੈਣ ਜਾਂਦੇ ਆ ਤੇ ਉਹਨਾਂ ਦਾ ਦਿਮਾਗ ਚਾਹੁੰਦਾ ਵੀ ਬੱਚੇ ਕੋਲ ਇਹ ਚੀਜ਼ ਨਹੀਂ ਹੈਗੀ ਤੇ ਆਪਣੀ ਚੀਜ਼ ਛੱਡ ਦਿੰਦੇ ਨੇ ਤੇ ਬੱਚਿਆਂ ਵਾਸਤੇ ਚੀਜ਼ ਲੈ ਕੇ ਆਉਂਦੇ ਨੇ, ਇਦਾਂ ਵੀ ਹੁੰਦਾ ਹੈ? ਹਾਂਜੀ, ਉਹ ਤਾਂ ਹੈ ਹਨਾ। ਤੇ ਬੱਚੇ ਵੀ ਇਦਾਂ ਕਰਦੇ ਨੇ, ਬੱਚੇ ਵੀ ਆਪਣੇ ਕਿਵੇਂ, ਬੱਚੇ ਕਿੱਥੇ, ਬੱਚੇ ਨਹੀਂ ਸੋਚਦੇ, ਆਈ ਤਾਂ ਸੋਚ ਲਈਗਾ। ਨਹੀਂ, ਬੱਚੇ ਵੀ, ਮੈਂ ਦੇਖਿਆ ਵੀ ਅੱਜ ਕੱਲ੍ਹ ਦੇ ਬੱਚੇ ਸਿਆਣੇ ਹੋ ਗਏ, ਉਹ ਵੀ ਆਪਣੇ ਲਈ ਕੋਈ ਚੀਜ਼ ਲੈਣ ਜਾਣ ਨਾ ਵੀ ਵੇਖਦੇ ਕਿ ਇਹ ਮਾਂ ਪਿਓ ਲਈ ਇਹ ਚੀਜ਼ ਵਧੀਆ ਆ ਤੇ ਉਹ ਲੈ ਕੇ ਆਉਂਦੇ ਜ਼ਰੂਰ ਨੇ, ਹੈਨਾ। ਨਿਓ ਖਰੀਦੇ ਆ, ਸਭ ਤੋਂ ਸਸਤੀ ਚੀਜ਼ ਆ, ਡੈਡੀ ਮੰਮੀ ਡੈਡੀ ਸਸਤੀ ਹੁੰਦੀ ਆਪਣੇ, ਮਹਿੰਗੀ ਹੋਈ। ਐਡਾ ਦੀ ਗੱਲ ਨਹੀਂ ਹੈਗੀ, ਤੁਸੀਂ ਇੰਡੀਆ ਆਓ, ਤੁਹਾਨੂੰ ਆਪਾਂ ਸ਼ਾਪਿੰਗ ਕਰਾਣੀ। ਅੱਛਾ, ਇੰਡੀਆ ਆ ਕੇ ਕਿੱਥੇ ਆ ਕੇ ਸ਼ਾਪਿੰਗ ਕਰਨੀ ਆ ਇਹ ਦੱਸ ਦਿਓ। ਅਸੀਂ ਚੰਡੀਗੜ੍ਹ ਕਰਾਂਗੇ ਤੁਹਾਡੇ ਕੋਲ ਆਣ ਕੇ। ਚੰਡੀਗੜ੍ਹ? ਚੰਡੀਗੜ੍ਹ ਸਾਰਾ ਸੈਕਟਰ ਗਏ ਤੁਸੀਂ ਸ਼ਾਪਿੰਗ ਕਰਨ? ਨਹੀਂ, ਅਜੇ ਨਹੀਂ ਗਏ। ਚੰਡੀਗੜ੍ਹ ਆਏ ਤੇ ਸਾਰਾ ਸੈਕਟਰ ਨਹੀਂ ਆਏ? ਗਲਤ ਆ, ਨਹੀਂ ਆਏ। ਆਏ ਹੋ? ਹਾਂਜੀ ਹਾਂਜੀ ਆਏ, ਮੈਂ ਵੀ ਸ਼ਾਪਿੰਗ ਕੀਤੀ, ਜਲੰਧਰ ਜ਼ਿਆਦਾ ਸ਼ਾਪਿੰਗ। ਅੱਛਾ ਜਲੰਧਰ, ਆਹੋ ਜਲੰਧਰ ਵਾਲੇ ਕਹਿੰਦੇ ਆਪਾਂ ਲੁਧਿਆਣੇ ਸ਼ਾਪਿੰਗ ਕਰ ਲਈ, ਲੁਧਿਆਣੇ ਵਾਲੇ ਕਹਿੰਦੇ ਚੰਡੀਗੜ੍ਹ ਸ਼ਾਪਿੰਗ ਕਰ ਲਈ, ਚੰਡੀਗੜ੍ਹ ਵਾਲੇ ਕਹਿੰਦੇ ਦਿੱਲੀ ਸ਼ਾਪਿੰਗ ਕਰ ਲਈ, ਇਹ ਕੀ ਚੱਕਰ ਆ? ਜਿਹੜਾ ਚੰਗਾ ਲੱਗਦਾ ਕਿਤੇ ਜਿਹਨੂੰ ਜਿਹੜਾ ਪਸੰਦ ਹੁੰਦੀ ਚੀਜ਼, ਹੈ ਨਾ। ਅੱਛਾ, ਬਾਹਰੋਂ ਤੁਸੀਂ ਆਓਗੇ ਤਾਂ ਵੀ ਸ਼ਾਪਿੰਗ ਕਰਕੇ ਆਓਗੇ ਉੱਥੋਂ?
ਇੱਥੋਂ ਟੈਚੀ ਭਰ ਕੇ ਲਿਜਾਈ ਦੇ ਇੰਡੀਆ ਨੂੰ, ਇੰਡੀਆ ਤੋਂ ਫੇਰ ਭਰ ਕੇ ਆਉਣੀ ਚਾਹੀਦੀ। ਅੱਛਾ, ਉੱਥੋਂ ਵੀ ਸ਼ੋਪਿੰਗ ਕਰਕੇ ਆਈ ਦੀ ਆ ਤੇ ਜਦੋਂ ਇੰਡੀਆ ਆਈ ਦਾ ਉਦੋਂ ਵੀ ਸ਼ੋਪਿੰਗ ਕਰਕੇ ਲੈ ਕੇ ਜਾਈਦਾ ਆ। ਇੱਥੋਂ ਚਾਰ ਟੈਚੀ ਲਿਆਈ ਦੀ, ਉੱਥੋਂ 6 ਬਣ ਜਾਂਦੇ ਆਣ ਕੇ। ਅੱਛਾ, ਮਤਲਬ ਖੁੱਲਾ ਪੈਸਾ ਤੁਹਾਡੇ ਕੋਲ, ਮੈਂ ਲਾ ਲਿਆ ਹਿਸਾਬ ਹੁਣ। ਚਲੋ ਬਾਬੇ ਦੀ ਕਿਰਪਾ ਜੀ। ਨਹੀਂ ਨਹੀਂ ਕਿਰਪਾ ਹੋਣੀ ਚਾਹੀਦੀ ਦੀ ਜੀ, ਪਹਿਲੀ ਗੱਲ ਹੈ ਜੀ, ਦਿਲ ਹੋਣਾ ਚਾਹੀਦਾ ਸ਼ੋਪਿੰਗ ਕਰਨ ਦਾ, ਮੈਂ ਵੇਖਿਆ ਹਨਾ। ਮਨ ਜਾਵੇ ਤੂੰ ਮੈਨੂੰ ਸ਼ੋਪਿੰਗ ਕਰਾ ਦੇ ਪਤਾ ਬ੍ਰੇਕ ਹੋਈ ਤੇ ਸਾਰੇ ਜਾਣੇ ਲੱਗ ਪਏ ਚੈਨਲ ਦੇ ਵਿੱਚ ਸ਼ੋਪਿੰਗ ਕਰਨ ਔਨਲਾਈਨ ਸ਼ੋਪਿੰਗ ਤੇ ਮੈਂ ਵੀ ਸੋਚਿਆ ਵੀ ਮੈਂ ਵੀ ਔਨਲਾਈਨ ਸ਼ੋਪਿੰਗ ਕਰ ਲਾ, ਮੈਂ ਬੈਗ ਆਰਡਰ ਕਰਤੇ, ਸੂਟ ਆਰਡਰ ਕਰਤੇ, ਚੱਪਲਾਂ ਆਰਡਰ ਕਰਤੀਆਂ, ਪਰ ਉਹ ਮਜ਼ਾ ਨਹੀਂ ਆਇਆ ਜਿਹੜਾ ਮਜ਼ਾ ਦੁਕਾਨ 'ਤੇ ਜਾ ਕੇ ਲਾਈਨਾਂ 'ਚ ਖੜ੍ਹੇ ਹੋ ਕੇ ਭਾਈ ਕੋਲੋਂ ਕਦੀ ਇਹ ਆਰਡਰ ਕਰਾਓ, ਕਦੀ ਇਹ ਆਰਡਰ ਕਰਾਓ, ਕਦੀ 100 ਪੀਸ ਸੂਟ ਦੇ ਕਢਵਾਓ, ਉਹਦੇ 'ਚੋਂ ਇੱਕ ਚੁਣੋ, ਉਹ ਮਜ਼ਾ ਤਾਂ ਆਪਣਾ ਹੀ ਹੈ ਨਾ। ਨਾਲੇ 450 ਵਾਲੀ ਚੀਜ਼ ਦਾ 350 ਰੁਪਇਆ ਦੇ ਕੇ ਆਉਣਾ, ਹਰ ਕਿਸੇ ਦੀ ਬਸ ਦੀ ਗੱਲ ਨਹੀਂ ਹੁੰਦੀ। ਨਾਲੇ ਇਹ ਕੰਮ ਤਾਂ ਜਨਾਨੀਆਂ ਦਾ ਹੀ ਹੈਗਾ, ਬੰਦਿਆਂ ਨੂੰ ਕੀ ਹੈ, ਕਹਿ ਦਿਓ ਵੀ 500 ਰੁਪਏ ਦੀ ਚੀਜ਼ ਹੈ, 500 ਰੁਪਏ ਦਾ ਨੋਟ ਫੜਾ ਕੇ ਤੇ ਆ ਜਾਣਗੇ। ਬਾਅਦ 'ਚ ਜੇ ਜਨਾਨੀ ਪੁੱਛਦੀ ਹੈ ਨਾ ਵੀ ਕਿੰਨੇ ਦਾ ਲੈ ਕੇ ਆਇਓ, ਫਿਰ ਕਹਿਣਗੇ ਆਪਣੇ ਵੱਲੋਂ ਸ਼ਿਹਾੜੀ ਮਾਰਦੇ ਨੇ, 450 ਦੇ ਕੇ ਆਇਆ, ਅਤੇ ਜਨਾਨੀ ਕਹਿੰਦੀ ਬਣ ਗਏ ਨਾ ਸ਼ਦਾਈ, 350 ਦੀ ਤਾਂ ਚੀਜ਼ ਹੈਗੀ ਆ। ਮਤਲਬ ਇੱਦਾਂ ਵੀ ਹੁੰਦਾ ਆ, ਵਾਕਈ ਸਹੀ ਗੱਲ ਹੈ, ਜਨਾਨੀਆਂ ਅਤੇ ਬੰਦਿਆਂ ਦੇ ਸ਼ੋਪਿੰਗ ਕਰਨ 'ਚ ਨਾ ਬਹੁਤ ਵਧੀਆ ਜਿਹਾ ਵੱਖਰਾ ਜਿਹਾ ਇੰਟਰਸਟ ਹੁੰਦਾ ਆਪਣਾ ਆਪਣਾ, ਹੈ ਨਾ। ਹੁਣ ਜਨਾਨੀਆਂ ਵੇਖ ਲਓ ਜਦੋਂ ਸ਼ੋਪਿੰਗ ਕਰਦੀਆਂ, ਕਦੀ ਲਿਪਸਟਿਕਾਂ ਲੈ, ਕਦੀ ਇਹ ਲੈ, ਕਦੀ ਉਹ ਲੈ, ਵਿਆਹ ਤੋਂ ਪਹਿਲਾਂ ਬੰਦੇ ਦਾ ਇੰਟਰਸਟ ਕਿਸੇ ਹੋਰ ਤਰ੍ਹਾਂ ਦਾ ਹੁੰਦਾ। ਹੁਣ ਜੇ ਜਨਾਨੀ ਦਾ ਵਿਆਹ ਹੋ ਗਿਆ, ਫਿਰ ਉਹਨੂੰ ਹੁੰਦਾ ਲਿਪਸਟਿਕਾਂ ਛੱਡੋ ਮੈਂ ਘਰ ਦੇ ਪਰਦੇ, ਲੱਲਾ ਘਰ ਦੀਆਂ ਬੈੱਡ ਸ਼ੀਟਾਂ ਲੱਲਾ, ਹੈ ਨਾ। ਅਤੇ ਬੰਦਿਆਂ ਨੂੰ ਕੀ ਹੈ, ਬੰਦਿਆਂ ਨੇ ਜਾਣਾ 2 ਕਮੀਜ਼ਾਂ ਉਹੀ ਉਹ ਸੇਮ ਟੂ ਸੇਮ ਲੈ ਕੇ ਤੇ ਆ ਜਾਣੀਆਂ ਨੇ। ਅਤੇ ਅੱਛਾ, ਹੁਣ ਆਪਾਂ ਆਪਣੇ ਕਾਲਰਸ ਨੂੰ ਪੁੱਛਣਾ ਆ ਵੀ ਉਹ ਕਿੱਦਾਂ ਦੀ ਸ਼ੋਪਿੰਗ ਕਰਦੇ ਨੇ, ਆਪ ਕਰਾਉਂਦੇ ਨੇ ਸ਼ੋਪਿੰਗ ਜਾਂ ਕਰਨ ਜਾਂਦੇ ਨੇ ਨਾਲ, ਜਾਂ ਫਿਰ ਹੱਸ ਕੇ ਸ਼ੋਪਿੰਗ ਕਰਾਉਂਦੇ ਨੇ, ਜਾਂ ਰੋ ਕੇ। ਦੇਖੋ ਜੀ, ਸ਼ੋਪਿੰਗ ਤਾਂ ਕਰਾ ਕੇ ਆਉਣੀ ਪੈਂਦੀ, ਭਾਵੇਂ ਹੱਸ ਕੇ ਭਾਵੇਂ ਰੋ ਕੇ। ਅਗਲੇ ਕਾਲਰ ਸਾਡੇ ਨਾਲ ਅਟੈਚ ਨੇ, ਉਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਹਾਏ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਵਧੀਆ ਜੀ, ਤੁਸੀਂ ਸੁਣਾਓ? ਵਧੀਆ, ਕੌਣ ਬੋਲਦੇ? ਮੈਂ ਜਤਿੰਦਰ ਸਿੰਘ ਬੋਲ ਰਿਹਾ ਜੀ। ਕਿੱਥੋਂ ਬੋਲ ਰਹੇ ਹੋ? ਅਮਰੀਕਾ ਤੋਂ। ਹਾਏ, ਇੰਨੀ ਦੂਰੋਂ? ਹਾਂਜੀ ਹਾਂਜੀ। ਅੱਛਾ, ਤੁਹਾਨੂੰ ਪਤਾ ਅੱਜ ਟੌਪਿਕ ਕੀ ਹੈ? ਹਾਂਜੀ, ਮੈਂ ਸੁਣ ਲਿਆ ਤੁਹਾਡਾ ਟੌਪਿਕ। ਤੇ ਫਿਰ ਦੱਸੋ ਉਹਦੇ ਬਾਰੇ ਕੁਝ। ਦੱਸਣਾ ਕਿ ਸ਼ੋਪਿੰਗ ਕਰਾਉਣ ਦਾ ਤਾਂ ਬਹੁਤ ਸ਼ੌਂਕ ਹੈ, ਕਰਨ ਦਾ ਵੀ ਬਹੁਤ ਸ਼ੌਂਕ ਹੈ। ਅੱਛਾ, ਕਰਾਉਂਦੇ ਕਿਨੂੰ ਹੋ ਪਹਿਲਾਂ ਮੈਨੂੰ ਇਹ ਦੱਸੋ, ਮੈਰਿਡ ਹੋ ਕਿ ਅਨਮੈਰਿਡ ਹੋ? ਮੈਂ ਮੈਰਿਡ ਹਾਂ ਜੀ। ਅੱਛਾ, ਫਿਰ ਵੋਟੀ ਨੂੰ ਕਰਨਾ ਮੈਂ ਆਪਣੀ ਸ਼ੋਪਿੰਗ? ਫਿਰ ਠੀਕ ਆ, ਫਿਰ ਤਾਂ ਜਾਇਜ਼ ਹੈ ਜੀ, ਫਿਰ ਸ਼ੋਪਿੰਗ ਕਰਾਉਣੀ ਚਾਹੀਦੀ ਹੈ ਜੀ। ਅੱਛਾ, ਮਤਲਬ ਹੱਸ ਕੇ ਕਰਾਉਂਦੇ ਹੋ ਕਿ ਐਵੇਂ, ਮਤਲਬ ਠੀਕ ਹੈ ਕਰ ਲੈ, ਹੱਸ ਕੇ ਕਰਾਉਂਦੇ? ਖੁੱਲੇ ਦਿਲ ਨਾਲ। ਖੁੱਲੇ ਦਿਲ ਨਾਲ, ਫਿਰ ਖੁੱਲੇ ਦਿਲ ਨਾਲ ਕਮਾਉਂਦੇ ਵੀ ਹੋਣੇ ਹੋ। ਬਿਲਕੁਲ ਬਿਲਕੁਲ, ਪੂਰੀ ਮਿਹਨਤ ਕੀਤੀ ਹੈ ਜੀ। ਹਨਾ, ਅੱਛਾ, ਮੈਂ ਵੇਖਿਆ ਵੀ ਅੱਜ ਕੱਲ੍ਹ ਨਾ ਜਨਾਨੀਆਂ ਜਾਣ ਕੇ ਰੋਜ਼ ਜਾਂਦੀਆਂ ਵੀ ਸਾਨੂੰ ਹੁਣ ਮਨਾਉਣ ਵਾਸਤੇ ਸਾਡਾ ਘਰ ਵਾਲਾ ਸ਼ੋਪਿੰਗ ਕਰਾਏਗਾ, ਇੱਦਾਂ ਵੀ ਹੁੰਦਾ? ਨਹੀਂ, ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ ਸਾਡੇ ਵਿੱਚ, ਹਲੇ ਤੱਕ ਤਾਂ ਪਿਆਰ ਬਹੁਤ ਹੈ। ਅੱਛਾ, ਨਹੀਂ ਪਿਆਰ ਹੁੰਦਾ ਫਿਰ ਕੀ ਹੋ ਗਿਆ, ਸ਼ੋਪਿੰਗ ਕਰਾਉਣਾ ਪਿਆਰ ਘੱਟ ਜਾਂਦਾ ਕਿਤੇ? ਨਹੀਂ ਨਹੀਂ, ਸਹੀ ਗੱਲ ਹੈ। ਨਹੀਂ ਮੈਨੂੰ ਦੱਸੋ, ਸੱਚੀ ਦੱਸਿਓ, ਐਦਾਂ ਹੁੰਦਾ ਕਦੀ ਉਹ ਰੁੱਸ ਗਏ ਹੋਣ ਤੁਸੀਂ, ਕਹੋ ਵੀ ਚੱਲ ਸ਼ੋਪਿੰਗ ਹੀ ਕਰ ਰਿਹਾ, ਐਦਾਂ ਹੀ ਮੰਨ ਜਾ? ਨਹੀਂ, ਇਸ ਤਰ੍ਹਾਂ ਦਾ ਕਦੇ ਹੋਇਆ ਨਹੀਂ। ਵੈਸੇ ਅਗਰ ਹੋਇਆ ਤਾਂ ਸ਼ੋਪਿੰਗ ਦੇ ਬਹਾਨੇ ਮਨਾ ਲਿਆ ਕਰਨਾ। ਅੱਛਾ, ਹਾਂ, ਮੈਂ ਤੁਹਾਨੂੰ ਟਿਪ ਦੇਤੀ ਆ ਵੀ ਕੱਲ ਜੋ ਨਾਰਾਜ਼ ਹੋਣਾ ਤੁਸੀਂ ਉਹਨਾਂ ਨੂੰ ਸ਼ੋਪਿੰਗ ਕਰਾਉਣ ਲੈ ਜਿਓ, ਠੀਕ ਹੈ? ਜੀ ਜੀ, ਬਿਲਕੁਲ, ਠੀਕ ਹੈ। ਤੇ ਮੇਰੇ ਸੂਟ ਮੈਂ ਇੰਨਾ ਸੋਹਣਾ ਪਾਇਆ, ਇਹਦੀ ਵੀ ਤਾਰੀਫ ਕਰ ਦਿਓ ਥੋੜੀ ਜੀ। ਹਾਂ, ਤੁਸੀਂ ਸੂਟ ਬਹੁਤ ਸੋਹਣਾ ਪਾਇਆ, ਤੁਸੀਂ ਵਾਪਸ ਆਏ ਹੋ, ਇਹਦੀ ਵੀ ਸਾਨੂੰ ਬਹੁਤ ਖੁਸ਼ੀ ਹੈ, ਤੁਸੀਂ ਗੁਲਾਬੋ ਪ੍ਰੋਗਰਾਮ ਲੈ ਕੇ ਆਏ ਹੋ। ਤੇ ਹੋਰ ਕੀ, ਇਦਾਂ ਹੀ ਆਪਾਂ ਨਾ ਰੋਜ਼ ਨਵਾਂ ਟੌਪਿਕ ਚੱਕਿਆ ਕਰਨਾ ਆ, ਤੇ ਤੁਸੀਂ ਸਾਨੂੰ ਰੋਜ਼ ਫੋਨ ਕਰਿਆ ਕਰਨਾ ਆ 3-4-7-2-5-2-1-2-3-2 ਤੇ ਦੱਸਿਆ ਕਰਨਾ ਆ ਵੀ ਤੁਸੀਂ ਕਿੱਦਾਂ ਕਿੱਦਾਂ ਦੇ ਟੌਪਿਕਸ ਚਾਹੁੰਦੇ ਹੋ, ਜਾਂ ਤੁਹਾਨੂੰ ਅੱਜ ਦਾ ਟੌਪਿਕ ਕਿੱਦਾਂ ਦਾ ਲੱਗਾ, ਤੇ ਅੱਜ ਦੇ ਟੌਪਿਕ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਹੈ ਨਾ। ਜਿੱਦਾਂ ਹੁਣ ਤੁਸੀਂ ਦੱਸਿਆ ਵੀ ਆਪਾਂ ਸ਼ੋਪਿੰਗ ਕਰਾਉਂਦੇ ਹਾਂ, ਇੱਦਾਂ ਉੱਦਾਂ, ਹੈ ਨਾ, ਮੇਰੇ ਸੂਟ ਦੀ ਤਾਰੀਫ ਕੀਤੀ, ਇੱਦਾਂ ਰੋਜ਼ ਕਰਿਆ ਕਰਨੀ ਆ। ਜੀ ਬਿਲਕੁਲ, ਜ਼ਰੂਰ ਕਰਿਆ ਕਰਾਂਗੇ ਤੁਹਾਨੂੰ ਕਾਲ ਅਸੀਂ, ਹੈ ਨਾ। ਹਾਂਜੀ, ਤੇ ਫਿਰ ਆਪਣੀ ਘਰ ਦੀ ਕੋਲੋਂ ਕੁੱਟ ਖਾਇਆ ਕਰਨੀ ਆ। ਮੇਰੀਆਂ ਤਰੀਫਾਂ ਕਰੋਗੇ, ਉਹਨਾਂ ਕੋਲ ਤਾਂ ਕੁੱਟ ਪੈਣੀ ਪੈਣੀ ਆ। ਓਕੇ ਜੀ, ਥੈਂਕ ਯੂ। ਅੱਛਾ, ਇੰਡੀਆ ਆਣਾ ਤੁਸੀਂ? ਇੰਡੀਆ ਨਹੀਂ ਆਣਾ ਇਹਨਾਂ ਨੇ ਮੈਨੂੰ ਲੱਗਦਾ। ਹੈਲੋ ਭਾਈ, ਗੱਲ ਤਾਂ ਸੁਣ ਲਓ,
ਫੋਨ ਕੱਟਿਆ ਗਿਆ ਅੱਜ ਅੱਜ ਮੈਨੂੰ ਲੱਗਦਾ ਹੋ ਕੇ ਰਿਹਾ ਅੱਜ ਹੈਲੋ ਹੈਲੋ ਕਰਕੇ ਤਾਂ ਫੋਨ ਕੱਟੀ ਚੜ੍ਹ ਰਹੇ। ਵੈਸੇ ਇਹਨਾਂ ਨੇ ਮੈਨੂੰ ਦੱਸਿਆ ਵੀ ਆਪਣੀ ਵਾਈਫ ਨੂੰ ਨਾ ਹੱਸ ਕੇ ਸ਼ੋਪਿੰਗ ਕਰਾਉਂਦੇ ਨੇ। ਵੈਸੇ ਜਨਾਨੀਆਂ ਨੂੰ ਭਾਵੇਂ ਹੱਸ ਕੇ ਸ਼ੋਪਿੰਗ ਕਰਾਓ ਭਾਵੇਂ ਰੋ ਕੇ ਸ਼ੋਪਿੰਗ ਤਾਂ ਕਰਾਉਣੀ ਪੈਂਦੀ ਆ, ਹੈ ਕਿ ਨਹੀਂ? ਅਜੇ ਮੇਰਾ ਵਿਆਹ ਨਹੀਂ ਹੋਇਆ ਅਤੇ ਮੈਂ ਵੇਖ ਲਓ ਕਿੰਨੀਆਂ ਸਿਆਣੀਆਂ ਗੱਲਾਂ ਕਰਦੀ ਹਾਂ। ਜੇ ਕਿਤੇ ਵਿਆਹ ਹੋ ਗਿਆ ਫਿਰ ਤਾਂ ਮੈਂ ਬਾਹਲੀਆਂ ਸਿਆਣੀਆਂ ਗੱਲਾਂ ਕਰੂੰਗੀ, ਹੈ ਕਿ ਨਹੀਂ? ਮਤਲਬ ਸ਼ੋਪਿੰਗ ਕਿੱਦਾਂ ਦਾ ਟੋਪਿਕ ਮੈਂ ਚੱਕਿਆ, ਮੈਨੂੰ ਤਾਂ ਆਪਣੇ ਆਪ 'ਤੇ ਨਾ ਮਤਲਬ ਫਕਰ ਮਹਿਸੂਸ ਹੋ ਰਿਹਾ ਕਿ ਵਾਹ 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 ਕਿਆ ਬਾਤਾਂ ਨੇ। ਮਤਲਬ ਮੈਂ ਇੰਨੀ ਸ਼ੋਪਿੰਗ ਕੀਤੀ ਤੁਹਾਨੂੰ ਕਰਾਈ, ਤੁਸੀਂ ਇੱਕ ਵਾਰੀ ਨਹੀਂ ਕਿਹਾ ਵੀ ਤੁਸੀਂ ਮੈਂ ਵੀ ਬਾਹਰ ਆਵਾਂ ਅਤੇ ਸ਼ੋਪਿੰਗ ਤੁਸੀਂ ਮੈਨੂੰ ਕਰਾਓਗੇ। ਮੈਂ ਸਾਰਿਆਂ ਨੂੰ ਪੁੱਛੀ ਜਾਂਦੀ ਹਾਂ ਵੀ ਇੰਡੀਆ ਕਦੋਂ ਆਉਣਾ ਆ, ਚੰਡੀਗੜ੍ਹ ਸ਼ੋਪਿੰਗ ਕਰਾਊਂਗੀ, ਅੰਮ੍ਰਿਤਸਰ ਸ਼ੋਪਿੰਗ ਕਰਾਊਂਗੀ, ਲੁਧਿਆਣੇ ਸ਼ੋਪਿੰਗ ਕਰਾਊਂਗੀ, ਮੈਨੂੰ ਕਿਸੇ ਨੇ ਨਹੀਂ ਕਿਹਾ। ਕੱਟੀ ਪਾ ਦੇਣੀ ਮੈਂ ਸਾਰਿਆਂ ਨਾਲ, ਸਾਰੇ ਕਾਲਰਸ ਨੇ ਮੈਨੂੰ ਨਾਰਾਜ਼ ਕਰਤਾ ਆ। ਅੱਜ ਮੈਂ ਕਿੰਨੇ ਦਿਨਾਂ ਬਾਅਦ ਤੁਹਾਡੇ ਕੋਲ ਆਈ ਹਾਂ ਅਤੇ ਤੁਸੀਂ ਮੈਨੂੰ ਕੁਛ ਵੀ ਨਹੀਂ ਦੱਸਿਆ ਵੀ ਬਾਹਰ ਕੀ ਮਾਹੌਲ ਆ ਜਾਂ ਤੁਸੀਂ ਇੰਡੀਆ 'ਚ ਕੀ ਕਰਨ ਆਉਣਾ ਆ, ਸ਼ੋਪਿੰਗ ਕਰਨੀ ਆ ਕਿ ਨਹੀਂ ਕਰਨੀ। ਚਲੋ ਛੱਡੋ, ਕੋਈ ਨਾ, ਥੋੜ੍ਹੇ ਦਿਨ ਪਹਿਲਾਂ ਮੈਂ ਤੁਹਾਨੂੰ ਗੱਲ ਸੁਣਾਉਂਦੀ ਹਾਂ, ਮੈਂ ਤੁਹਾਨੂੰ ਦੱਸ ਹੈਲੋ ਕਾਲਰ ਆ ਗਿਆ ਜੀ, ਕੋਈ ਚੱਕਰ ਨਹੀਂ, ਆਪਣੀ ਗੱਲ ਫੇਰ ਸੁਣਾ ਦਿੰਦੇ ਹਾਂ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਅਨੂਪ ਸਿੰਘ ਬੋਲਦਾ ਜੀ। ਕਿੱਥੋਂ? ਇੱਥੋਂ ਨਿਊ ਜਰਸੀ ਤੋਂ ਜੀ। ਇੰਨਾ ਸੋਚ ਕੇ ਕਿਉਂ ਬੋਲਿਆ, ਭੁੱਲ ਗਿਆ ਸੀ ਕਿੱਥੋਂ ਬੋਲਦੇ? ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਭੁੱਲ ਗਿਆ ਸੀਗਾ ਤੁਹਾਨੂੰ ਵੀ ਕਿੱਥੋਂ ਬੋਲਦੇ ਪਿਓ। ਨਹੀਂ ਭੁੱਲਣੀ ਆ ਸੀ ਕਿ ਮੈਂ ਨਿਊ ਜਰਸੀ ਤੋਂ ਲੂਸ ਸਿੰਘ ਬੋਲਦਾ ਜੀ। ਅੱਛਾ ਅੱਛਾ ਅੱਛਾ, ਠੀਕ ਹੈ ਜੀ, ਕੋਈ ਦਿੱਕਤ ਨਹੀਂ ਹੈ ਜੀ। ਤੁਹਾਡਾ ਟੌਪਿਕ ਜਿਹੜਾ ਅੱਜ ਦਾ ਸੁਣ ਲਿਆ ਤੁਸੀਂ? ਹਾਂਜੀ ਮੈਡਮ ਸੁਣਿਆ ਜੀ। ਕੀ ਆ ਜੀ? ਅਸਲ ਟੌਪ ਸੁਣਿਆ ਜੀ, ਸ਼ਾਪਿੰਗ ਕਰਾਉਣ ਦਾ ਜੀ। ਮੈਂ ਨਹੀਂ ਕਰਾਉਣੀ, ਤੁਸੀਂ ਮੈਨੂੰ ਸ਼ਾਪਿੰਗ ਕਰਾਉਣੀ ਆ। ਹਾਂ ਮੈਡਮ, ਲੋ ਤੁਸੀਂ ਆਓ, ਜਿੰਨੀ ਸ਼ੋਪਿੰਗ ਤੋਂ ਉਹਨੀ ਕਰਵਾਉਣਾ, ਗੱਲ ਕਰੀ ਆ ਜੀ ਮੈਡਮ, ਤੁਹਾਡੇ ਨਾਲ ਸ਼ੋਪ ਚੰਗੀ ਆ ਜੀ। ਹਾਏ ਸੱਚੀ, ਇੱਦਾਂ ਦੇ ਕਾਲਰ ਹੋਣੇ ਚਾਹੀਦੇ ਜਿਹੜੇ ਮੈਨੂੰ ਬਾਹਰ ਲੈ ਕੇ ਜਾਣ ਤੇ ਸ਼ੋਪਿੰਗ ਕਰਾ ਕੇ ਆਉਣ। ਲੈ ਮੈਡਮ ਦੀ ਗੱਲ ਕਰੋ, ਮੈਂ ਸ਼ੋਪਿੰਗ ਕਰਵਾਉਣਾ, ਕੋਈ ਚੱਕਰ ਨਹੀਂ ਹੈ, ਤੁਸੀਂ ਆਓ ਸਹੀ। ਕੋਈ ਚੱਕਰ ਨਹੀਂ। ਅੱਛਾ, ਜੇ ਤੁਸੀਂ ਇੰਨੀ ਵੱਡੀ ਗੱਲਾਂ ਕਰ ਹੀ ਦਿੱਤੀਆਂ ਤੇ ਹੁਣ ਮੈਂ ਵੀ ਤੁਹਾਨੂੰ ਕਹਿ ਦੇਣੀ ਆ, ਝੂਠਾ ਸੱਚਾ ਕਹਿ ਦੇਣੀ ਆ ਵੀ ਜਦੋਂ ਤੁਸੀਂ ਇੰਡੀਆ ਆਓਗੇ ਨਾ ਮੈਂ ਵੀ ਤੁਹਾਨੂੰ ਸ਼ੋਪਿੰਗ ਕਰਾਵਾਂਗੀ। ਚਲੋ ਠੀਕ ਹੈ ਮੈਡਮ, ਮੈਂ ਅਸੀਂ ਆਏ ਨਾ ਜਰੂਰੀ ਆਵਾਂਗੇ, ਜਨਵਰੀ ਫਰਵਰੀ ਜਾਵਾਂਗੇ, ਫਿਰ ਉਦੋਂ ਪੱਕੀ ਸ਼ੋਪਿੰਗ ਦੀ ਕਰੋ। ਇੰਨੀ ਛੇਤੀ ਹੋ ਜਾਣਾ ਆ ਮੈਡਮ, ਤੁਸੀਂ ਹੁਣ ਵਾਅਦਾ ਕਰ ਲਿਆ, ਸੁਣਾਉਣਾ ਹੀ ਪੈਣਾ ਨਾ। ਅੱਛਾ ਕਿੱਥੇ ਜਾਣਾ ਆ? ਜਿੱਥੇ ਦੀ ਕਹੋਗੇ ਉੱਥੇ ਜਾਵਾਂਗੇ। ਇਹ ਲੁਧਿਆਣੇ ਵਾਲੇ ਪਾਸੇ ਚੱਲ ਪਏ, ਕੀ ਲੈਣਾ ਪਹਿਲੇ ਮੈਨੂੰ ਦੱਸੋ, ਸੂਟ ਲੈਣੇ ਆ? ਤੁਸੀਂ ਮੈਰਿਡ ਹੋ? ਨਹੀਂ ਅਨਮੈਰਿਡ ਹਾਂ। ਅਨਮੈਰਿਡ ਤੇ ਫਿਰ ਗਰਲਫ੍ਰੈਂਡ ਵਾਸਤੇ ਸੂਟ ਖਰੀਦ ਲਿਓ। ਕਰੇ ਵਸੀ ਗਰਲਫ੍ਰੈਂਡ ਵਾਸਤੇ ਕਹਿ ਦੋ ਹੈਗੀ ਨਹੀਂ ਮੈਡਮ, ਕੋਈ ਕਹਿ ਦੋ ਹੈਗੀ ਨਹੀਂ, ਕਹਿ ਦੋ ਝੂਠ ਹੈ। ਐ ਨਹੀਂ ਮੈਡਮ, ਸਹੀ ਗੱਲ ਹੈ ਹੀ ਨਹੀਂ ਕੋਈ, ਇਦਾਂ ਹੀ ਕਹਿੰਦੇ ਨੇ, ਪਤਾ ਨਾ ਵੀ ਸਾਰੇ ਲੋਕੀ ਟੀਵੀ ਵੇਖ ਰਹੇ ਹੋਣਗੇ, ਮੈਨੂੰ ਸੁਣ ਰਹੇ ਹੋਣਗੇ, ਕਹਿ ਦੋ ਹੈ ਹੀ ਨਹੀਂ, ਹਨਾ? ਨਹੀਂ ਮੈਡਮ ਹੈ ਹੀ ਨਹੀਂ ਜੀ, ਹੈ ਨਹੀਂ ਤਾਂ ਹੈ ਨਹੀਂ ਕਹਿਣਾ ਨਾ। ਚਲੋ ਕੋਈ ਨਹੀਂ, ਤਾਤਾ ਗਰਲਫ੍ਰੈਂਡ ਬਣਾ ਲਓ, ਫਿਰ ਜਦੋਂ ਤੁਸੀਂ ਇੰਡੀਆ ਆਉਂਗੇ ਤੇ ਆਪਾਂ ਤੁਹਾਨੂੰ ਉਹਦੇ ਲਈ ਸ਼ਾਪਿੰਗ ਕਰਾ ਕੇ ਦੇਣੀ, ਮੈਂ ਸੂਟ ਲੈ ਕੇ ਦੇਣਾ ਉਹਨੂੰ। ਚਲੋ ਠੀਕ ਹੈ ਮੈਡਮ, ਪੱਕਾ ਜੀ ਤੁਸੀਂ, ਠੀਕ ਹੈ, ਹੁਣ ਤੁਸੀਂ ਫਟਾਫਟ ਤਿਆਰੀਆਂ ਕਰੋ ਬਸ, ਠੀਕ ਹੈ ਮੈਡਮ? ਸੂਟ ਆਪ ਦੇ ਸੂਟ ਨਾਲ ਦਾ ਲੈ ਲਓ ਜੀ, ਅਸਾਂ ਨਾਲ ਦਾ ਇਦਾਂ ਦਾ ਲੈ ਦਾਂਗੇ, ਕੋਈ ਚੱਕਰ ਨਹੀਂ ਜੀ, ਠੀਕ ਹੈ ਜੀ, ਪੱਕਾ ਬਹੁਤ ਸੋਹਣਾ ਜੀ, ਇਹਦੇ ਕਰਕੇ ਤਾਂ ਹੀ ਤੁਹਾਨੂੰ ਫੋਨ ਕੀਤਾ ਵੀ ਤੁਸੀਂ ਨਾਲ ਸੂਟ ਲੈ ਜੀ। ਥੈਂਕ ਯੂ ਸੋ ਮਚ ਜੀ, ਸੂਟ ਦੀ ਤਾਰੀਫ ਕਰਨ ਲਈ ਤੇ ਮੇਰੀ ਤਾਰੀਫ ਕਰਨ ਲਈ, ਥੈਂਕ ਯੂ ਸੋ ਮਚ, ਅਗਲੇ ਕਾਲਰ ਨਾਲ ਗੱਲ ਕਰਦੇ ਆ। ਹੈਲੋ, ਓਕੇ, ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ? ਮੈਂ ਜੀ ਕੈਨੇਡਾ ਤੋਂ ਬੋਲਾਂ। ਕੌਣ? ਰਿਸ਼ਪਾਲ ਜੀ। ਓਕੇ, ਥੋੜਾ ਜਿਹਾ ਉੱਚੀ ਬੋਲੋ। ਹਾਂਜੀ ਉੱਚੀ ਬੋਲੋ ਤਾਂ ਕੁੱਟ ਪਊਗੀ। ਨਹੀਂ ਪੈਂਦੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਆਪੇ ਤਾਂ ਕਹੀ ਜਾਂਦੇ ਹੋ ਰੱਬ ਨੇੜੇ ਕਿਸਨ ਜੀ। ਹਾਂ ਮੈਂ ਕਦੋਂ ਕਹਿਤਾ? ਹਾਂਜੀ ਫਿਰ ਤੁਸੀਂ ਕਹਿ ਦਿੱਤਾ, ਅਸੀਂ ਸੁਣ ਲਿਆ ਜੀ। ਮੈਂ ਨਹੀਂ ਕਿਹਾ, ਮੈਂ ਤਾਂ ਤੁਹਾਨੂੰ ਇਹ ਕਹਿੰਦੀ ਪਈ ਆ ਵੀ ਸ਼ਾਪਿੰਗਾਂ ਕਰੋ ਰੱਜ ਕੇ, ਅੱਜ ਦਾ ਦਿਨ ਹੈਗਾ ਜੀ ਸ਼ਾਪਿੰਗ ਕਰਨ ਦਾ। ਨਹੀਂ ਸ਼ਾਪਿੰਗ ਤਾਂ ਇਕੱਠੇ ਹੀ ਕਰ ਜਾਂਦੇ ਜੀ ਅਸੀਂ ਜਦੋਂ ਕਰਦੇ। ਇਕੱਠੇ ਮਤਲਬ ਕੌਣ ਕੌਣ? ਹਸਬੈਂਡ ਵਾਈਫ। ਓਕੇ ਠੀਕ ਆ ਜੀ, ਹਸਬੈਂਡ ਵਾਈਫ ਇਕੱਠੇ ਜਾ ਕੇ ਤੁਸੀਂ ਸ਼ਾਪਿੰਗ ਕਰਦੇ ਤੇ ਫਿਰ ਮਤਲਬ ਕਦੀ ਨੋਕਝੋਕ ਵੀ ਹੁੰਦੀ ਆ ਵੀ ਨਹੀਂ ਆਹ ਲਾਲ ਸੂਟ ਨਹੀਂ ਲੈਣਾ, ਪੀਲਾ ਲੈਣਾ ਆ, ਪੀਲਾ ਨਹੀਂ ਲੈਣਾ, ਹਰਾ ਲੈਣਾ ਆ, ਇਦਾਂ ਵੀ ਹੁੰਦਾ? ਉਹ ਤਾਂ ਜੀ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਆ, ਕੱਲੇ ਨੇ ਤਾਂ ਕਿੱਦਾਂ ਨਹੀਂ ਲੈਣਾ। ਤੁਸੀਂ ਬਹੁਤ, ਮੈਂ ਵੇਖਿਆ ਵੀ ਸਾਰਾ ਇਲਜ਼ਾਮ ਨਾ ਦੂਸਰੇ ਬੰਦੇ ਤੇ ਲਾ ਦਿੰਦੇ ਹੋ ਵੀ ਤਾੜੀ ਤਾਂ ਦੋਨੋਂ ਹੱਥਾਂ ਨਾਲ ਵੱਜਦੀ ਆ, ਉਹੀ ਪਹਿਲਾਂ ਕਹਿੰਦੀ ਆ ਵੀ ਮੈਂ ਆਹੀ ਸੂਟ ਲੈਣਾ, ਅੜ ਜਾਂਦੀ ਹੋਣੀ ਆ। ਉਹ ਤਾਂ ਜੀ ਪਹਿਲਾਂ ਮੰਨਣੀ ਪੈਂਦੀ ਆ ਗਵਰਨਮੈਂਟ ਦੀ। ਅੱਛਾ ਮਤਲਬ ਸਰਕਾਰ ਦੀ ਮੰਨੀ ਪੈਂਦੀ ਆ, ਘਰ ਤਾਂ ਉਹਨਾਂ ਨੇ ਚਲਾਉਣਾ ਹਨਾ। ਹਾਂਜੀ ਹਾਂਜੀ ਹਾਂਜੀ, ਜੇ ਉਹ ਰੋਸਕੇ ਤਾਂ ਫਿਰ ਰੋਟੀ ਨਹੀਂ ਮਿਲਦੀ, ਜਿੰਨਾ ਮਰਜ਼ੀ ਪਤੰਗ ਚੜਾ ਦੇਣ ਜਿੰਨਾ ਮਰਜ਼ੀ ਥੱਲੇ ਲਾ ਲੈਣ। ਅੱਛਾ ਕਦੀ ਹੋਇਆ ਹੋਣਾ ਵੀ, ਮੈਂ ਪਹਿਲਾਂ ਵੀ ਪੁੱਛਿਆ ਵੀ ਉਹ ਰੁੱਸ ਜਾਣ ਤੇ ਤੁਸੀਂ ਮਨਾਉਣ ਵਾਸਤੇ ਸ਼ਾਪਿੰਗ ਕਰਾਈ ਹੋਏ? ਨਾ ਜੀ, ਰੁੱਸਣ ਵਾਲੇ ਦਿਨ ਹੀ ਨਹੀਂ ਜਮੇ ਉਹ। ਹਾਏ ਰੱਬਾ, ਤੁਸੀਂ ਤਾਂ ਮਤਲਬ ਉਹਨਾਂ ਨੂੰ ਮਨਾ ਕੇ ਰੱਖਦੇ ਹੋ ਹੈ।
24 ਘੰਟੇ ਜੀ ਨਹੀਂ ਕਈ ਵਾਰ ਅੜੀਆਂ ਕਰਦੀਆਂ ਨੇ ਨਾ ਹਾਊਸ ਵਾਈਫਸ ਜੀ ਨਹੀਂ ਜੀ ਮੈਂ ਤਾਂ ਮੇਰੀ ਸਹੇਲੀ ਨੇ ਸੂਟ ਲਈ ਤਾਂ ਅੜੀਆਂ ਤਾਂ ਅੜੀਆਂ ਵਾਲੇ ਦੇਣੀ ਨਹੀਂ ਜੰਮੇ ਜੀ ਕੀ ਬਾਤਾਂ ਨੇ ਜੀ ਅੱਛਾ ਕਿੱਥੇ ਰਹਿੰਦੇ ਤੁਸੀਂ ਕੀ ਦੱਸਿਆ ਸੀਗਾ ਟੋਰਾਂਟੋ ਰਹਿੰਦੇ ਅੱਛਾ ਹੁਣ ਮੈਂ ਟੋਰਾਂਟੋ ਆਣਾ ਤੇ ਤੁਸੀਂ ਮੈਨੂੰ ਵੀ ਸ਼ਾਪਿੰਗ ਕਰਾਣੀ ਆ ਨੋ ਪ੍ਰੋਬਲਮ ਸ਼ਾਪਿੰਗ ਦੀ ਕਿਹੜੀ ਗੱਲ ਹੈ ਠੀਕ ਹੈ ਤੇ ਮੈਂ ਇਹਦੇ ਨਾਲ ਦੱਸ ਜਾਣਗੇ ਤੁਹਾਨੂੰ ਕਿਵੇਂ ਤੁਹਾਨੂੰ ਆਪ ਲੈ ਕੇ ਜਾਣਗੇ ਮੇਰੀ ਮਿਸਿਸ ਸ਼ਾਪਿੰਗ ਕਰਾਉਣ ਕੀ ਬਾਤਾਂ ਨੇ ਜੀ ਕੀ ਬਾਤਾਂ ਨੇ ਤੇ ਮੈਂ ਵੀ ਤੁਹਾਡੇ ਮਿਸਿਸ ਲਈ ਨਾ ਇਦਾਂ ਦਾ ਇੱਕ ਸੂਟ ਲੈ ਕੇ ਆਉਣਾ ਠੀਕ ਹੈ ਅਜੇ ਵੀ ਇਦਾਂ ਦਾ ਹੀ ਲੈਓ ਜਿਹੜਾ ਤੁਹਾਡੇ ਪਾਇਆ ਬਹੁਤ ਸੋਹਣਾ ਲੱਗਦਾ ਐਵੇਂ ਦਾ ਹੀ ਲੈ ਕੇ ਆਣਾ ਜੀ ਥੈਂਕ ਯੂ ਸੋ ਮਚ ਜੀ ਬਹੁਤ ਵਧੀਆ ਲੱਗਾ ਤੁਹਾਡਾ ਗੱਲਬਾਤ ਕਰਕੇ ਤੁਹਾਡੀ ਤੇ ਤੁਹਾਡੀ ਮੈਮ ਦੀ ਟਿਊਨਿੰਗ ਬਹੁਤ ਵਧੀਆ ਆ ਇਦਾਂ ਹੀ ਤੁਸੀਂ ਖੁਸ਼ ਰਹੋ ਅਸੀਂ ਇਹੀ ਹੋ ਚਾਹੁੰਦੇ ਹਾਂ ਜੀ ਥੈਂਕ ਯੂ ਸੋ ਮਚ ਜੀ ਆ ਵੇਖ ਲਓ ਜੀ ਅੱਜ ਸਾਡੇ ਕਾਲਰਸ ਨੇ ਰੱਜ ਕੇ ਸ਼ਾਪਿੰਗ ਕੀਤੀ ਮੈਂ ਵੀ ਉਹਨਾਂ ਨੂੰ ਸ਼ਾਪਿੰਗ ਕਰਾਈ ਉਹਨਾਂ ਨੇ ਵੀ ਮੈਨੂੰ ਸ਼ਾਪਿੰਗ ਕਰਾਈ ਹੁਣ ਵੇਲਾ ਹੋ ਗਿਆ ਜੀ ਮੇਰੇ ਸ਼ਾਪਿੰਗ ਕਰਨ ਦਾ ਤੇ ਮੈਂ ਜਾਵਾਂ ਤੇ ਸ਼ਾਪਿੰਗ ਕਰਕੇ ਆਵਾਂ ਅਗਲੀ ਵਾਰ ਫਿਰ ਮਿਲਾਂਗੇ ਜੀ ਇੱਕ ਨਵੇਂ ਜੇ ਪਿਆਰੇ ਜੇ ਟੌਪਿਕ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ